ਚੈਨਲ ਸਟੱਡੀ ਆਨਲਾਈਨ ਦੇ ਲਾਈਵ ਕਲਾਸ ਦਾ ਸਮਾਂ ਆਲਰੇਡੀ ਹੋ ਚੁੱਕਾ ਜੀ ਅਪਾਇੰਟਮੈਂਟ ਆਪਾਂ ਡੇਟ ਹੋ ਗਿਆ ਸੋ ਜਲਦੀ ਤੋਂ ਜਲਦੀ ਲਿੰਕ ਨੂੰ ਸ਼ੇਅਰ ਕਰ ਦਿਓ ਸਾਰੇ ਜਲਦੀ ਜੁਆਇਨ ਕਰੋ ਅੱਜ ਦੀ ਕਲਾਸ ਨੰਬਰ ਹੈ ਜੀ 78 ਤੇ ਅੱਜ ਦਾ ਆਪਣਾ ਵਿਸ਼ਾ ਹੈ ਸੰਤ ਸਿੰਘ ਸੇਖੋਂ ਇਕਾਂਗੀਕਰ ਤੇ ਨਾਟਕ ਫਟਾਫਟ ਲਾਈਕ ਐਂਡ ਸ਼ੇਅਰ ਵੀ ਕਰਦੇ ਰਹੋ ਤਾਂ ਕਿ ਮੋਟੀਵੇਸ਼ਨ ਮਿਲਦਾ ਰਹੇ ਜਿਹੜੇ ਵੀ ਨਵੇਂ ਵੀਟਰ ਨੇ ਆਪਣੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਉਣਾ ਨਾ ਭੁੱਲਣ ਤਾਂ ਕਿ ਹਰ ਇੱਕ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਚਾਹੇ ਉਹ ਲਾਈਵ ਸਟ੍ਰੀਮ ਹੈ ਜਾਂ ਫਿਰ ਕੋਈ ਵੀ ਵੀਡੀਓ ਅਪਲੋਡ ਕੀਤੀ ਜਾਂਦੀ ਹੈ तो जल्दी ज्वाइन करो जी सारे पहुंचो हाँ जी ऑडियो वीडियो कंफर्मेशन दो कि सब कुछ ठीक चल रहा है या नहीं जी कृष्ण जी न्यू वीट लग रहे हो बहुत बहुत स्वागत है जी डी आंसर पहले ही कर रहे हो तीस तो ऑप्शन क्वेश्चन कुछ भी नहीं आया अजे तो हाँ जी ਚਲੋ ਜੀ ਕਰੀਏ ਸ਼ੁਰੂ ਫਰਸਟ ਕੁਐਸਚਨ ਦੇ ਵੱਲ ਵੱਧੀਆਂ ਅੱਜ ਦਾ ਪਹਿਲਾ ਕੁਐਸਚਨ ਹੈ ਜੀ ਅੱਜ ਦਾ ਆਪਣਾ ਪਹਿਲਾ ਕੁਐਸਚਨ ਹੈ ਸੇਖੋਂ ਦਾ ਜਨਮ ਕਦੋਂ ਹੋਇਆ ਆਪਸ਼ਨ ਏ 1900 1906 ਬੀ 1907 ਸੀ 1908 ਡੀ 1909 ਸਹੀ ਆਨਸਰ ਕੁਐਸਚਨ ਨੰਬਰ 1 ਦੇ ਲਿਖਿਆ ਜਾਵੇ ਮੋਸਟ ਵੈਲਕਮ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਾਰੇ ਹੀ ਨਵੇਂ ਤੇ ਪੁਰਾਣੇ ਵੀਵਿਡ ਆਪਸ਼ਨ ਸੀ 1908 ਆਨਸਰ ਕੀਤਾ ਜਾ ਰਿਹਾ 1908 ਠੀਕ ਹੈ ਜੀ 1908 ਦੇ ਵਿੱਚ ਸੰਤ ਸਿੰਘ ਸੇਖੋਂ ਦਾ ਜਨਮ ਹੋਇਆ ਕੁਐਸਚਨ ਨੰਬਰ 2 ਦੇ ਲਈ ਵੱਧਦੇ ਆ 2 ਨੰਬਰ ਹੈ ਜੀ ਸੰਤ ਸਿੰਘ ਸੇਖੋਂ ਨੂੰ ਸਾਹਿਤ ਕਾਦਮੀ ਅਵਾਰਡ ਕਦੋਂ ਮਿਲਿਆ ਆਪਸ਼ਨ A 1971 B 1972 C 1973 D 1974 ਸਹੀ ਆਨਸਰ ਕੁਐਸਚਨ ਨੰਬਰ 2 ਦੇ ਲਈ ਕਰਿਆ ਜਾਵੇ ਜਿਨ੍ਹਾਂ ਨੇ ਵੀ ਬੁੱਕ ਆਰਡਰ ਕਰਨੀ ਹੈ 7837896518 ਇਸ ਨੰਬਰ ਤੇ ਮੈਸੇਜ ਕਰਨ ਕਲਾਸ ਦੇ ਟਾਈਮ ਪਲੀਜ਼ 9 ਤੋਂ 10 ਵਜੇ ਕੋਈ ਵੀ ਮੈਸੇਜ ਨਾ ਕਰਿਆ ਕਰੋ ਕਿਉਂਕਿ 9 ਵਜੇ ਦੇ ਨੇੜੇ-ਤੇੜੇ ਕਲਾਸ ਰੈਡੀ ਹੋ ਰਹੀ ਹੁੰਦੀ ਹੈ ਵੈਸੇ ਰੈਡੀ ਪਹਿਲੇ ਹੀ ਹੋ ਰਹੀ ਹੁੰਦੀ ਬਟ 9 ਵਜੇ ਕਹਿ ਲੋ ਵੀ ਸਿਖਰ ਹੁੰਦਾ ਸਮਾਂ ਨਹੀਂ ਹੁੰਦਾ ਰਿਪਲਾਈ ਕਰਨ ਦਾ ਤੇ 10 ਵਜੇ 9:00 ਤੋਂ ਲੈ ਕੇ 10:00 ਵਜੇ ਤੱਕ ਤਾਂ ਤੁਹਾਨੂੰ ਪਤਾ ਹੀ ਹੈ ਕਿ ਆਪਣੀ ਕਲਾਸ ਲੱਗਦੀ ਹੈ ਥੈਂਕ ਯੂ ਸੋ ਮਚ ਜੀ ਬਹੁਤ ਵਧੀਆ ਜੇ ਬੁੱਕ ਲੱਗੀ ਹੈ ਤੁਹਾਨੂੰ ਤਾਂ ਬਾਕੀ ਵੀ ਆਪਣੇ ਰੀਵਿਊ ਜਰੂਰ ਦਿਨ ਬੁੱਕ ਦੇ ਉਸੇ ਵੀਡੀਓ ਦੇ ਇਠਾ ਰਹਿਣ ਤਾਂ ਜਿਆਦਾ ਵਧੀਆ 1972 ਅਨਸਰ ਆ ਰਿਹਾ ਹੈ ਬੀ ਆਪਸ਼ਨ ਸਬ ਦਾ ਬਿਲਕੁਲ கரੈਕਟ ਹੈ ਜੀ ਕੁਐਸਚਨ ਨੰਬਰ 3 ਦੇ ਵੱਲ ਵੱਧਦੇ ਆ ਜੀ 1972 ਦੇ ਵਿੱਚ ਸੰਥਿੰਗ ਸਿੱਖੋ ਨੂੰ ਸਹਿਦ ਕਦਮੀ ਅਵਾਰਡ ਮਿਲਿਆ ਕੁਐਸਚਨ ਨੰਬਰ 3 ਹੈ ਜੀ ਸੰਥਿੰਗ ਸਿੱਖੋ ਨੂੰ ਸਹਿਦ ਕਦਮੀ ਅਵਾਰਡ ਕਿਸ ਰਚਨਾ ਲਈ ਮਿਲਿਆ ਆਪਸ਼ਨ ਏ ਲਹੂ ਮਿੱਟੀ ਬੀ ਹੱਦੀਵਾਰਡ ਸੀ ਛੇਕਰ ਡੀ ਮਿੱਤਰ ਪਿਆਰੇ ਜੀ ਸਤਿ ਸ਼੍ਰੀ ਅਕਾਲ ਜੀ ਡੀ ਅਨਸਰ ਆ ਰਿਹਾ ਮਿੱਤਰ ਪਿਆਰੇ ਮੋਸਟਲੀ ਮਿੱਤਰ ਪਿਆਰੇ ਕਵੈਸਚਨ ਦਿੱਲੀ ਡੀਟ ਪਲੱਸ ਬੀ ਬੋਰਡ ਦੀ ਐਗਜ਼ਾਮ ਵਿੱਚ ਵੀ ਆਇਆ ਸੀ ਪਰ ਗਲਤ ਉਹਨਾਂ ਨੇ ਕਵੈਸਚਨ ਪਾ ਦਿੱਤਾ ਕਿਉਂਕਿ ਮਿੱਤਰ ਪਿਆਰੀ ਨੂੰ ਲਿਖ ਦਿੱਤਾ ਜਿਸ ਕਰਕੇ ਅਪੀਲਸ਼ਨ ਦੇ ਵਿੱਚ ਗਿਆ ਤੇ ਗ੍ਰੇਸ ਮਾਰਕ ਸਭ ਨੂੰ ਦਿੱਤਾ ਗਿਆ ਆਪਸ਼ਨ ਡੀ ਬਿਲਕੁਲ ਸਹੀ ਹੈ ਕਵੈਸਚਨ ਨੰਬਰ 4 ਦੇ ਬਲਵੱਤ ਦੇ ਜੀ 300 ਰੁਪਏ ਪ੍ਰਾਈਜ਼ ਹੈ ਜੀ ਕਵੈਸਚਨ ਨੰਬਰ 4 ਸੇਖੋ ਨੇ ਲਿਖਣੀ ਦੀ ਸ਼ੁਰੂਆਤ ਕਿਸ ਭਾਸ਼ਾ ਤੋਂ ਕੀਤੀ ਆਪਸ਼ਨ ਹੈ ਅੰਗਰੇਜ਼ੀ ਬੀ ਹਿੰਦੀ ਸੀ ਉਰਦੂ ਪੰਜਾਬੀ ਕਵੈਸਚਨ ਨੰਬਰ 4 ਤੇ ਲਿਖ ਕੋਰੈਕਟ ਆਨਸਰ ਕਰਿਆ ਜਾਵੇ ਜਵਰ ਦਾ ਆਨਸਰ ਹੀ ਆ ਰਿਹਾ ਸਭ ਦਾ ਅੰਗਰੇਜ਼ੀ ਅੰਗਰੇਜ਼ੀ ਭਾਸ਼ਾ ਦੇ ਵਿੱਚ ਲਿਖਣ ਦੀ ਸ਼ੁਰੂਆਤ ਕੀਤੀ ਸੀ ਸੇਖੋਂ ਨੇ ਸੋ ਆਪਸ਼ਨ A ਆਪਣਾ ਕਰੈਕਟ ਹੋਵੇਗਾ ਕੁਐਸਚਨ ਨੰਬਰ 5 ਕਿਹੜਾ ਨਾਟਕ ਲਿਖਿਆ ਜੀ ਦੱਸ ਸਕਦੇ ਹੋ ਤਾਂ ਅੰਗਰੇਜ਼ੀ ਦੇ ਵਿੱਚ ਪਹਿਲਾ ਕੁਐਸਚਨ ਨੰਬਰ 5 ਸੇਖੋਂ ਨੇ ਪੰਜਾਬੀ ਵਿੱਚ ਲਿਖਣ ਦੀ ਪ੍ਰੇਰਣਾ ਕਿਸ ਨੇ ਦਿੱਤੀ ਆਪਸ਼ਨ A 아이ਸੀ ਨੰਦਾ B ਦਲੀਪ ਘਟੇਵਾਨਾ C ਤੇਜਾ ਸਿੰਘ D ਗੁਰਦਿਆਲ ਸਿੰਘ ਆਨਸਰ 5 ਨੰਬਰ ਦੇ ਲਈ C ਆਪਸ਼ਨ ਸਭ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇਜਾ ਸਿੰਘ ਸੇਖੋਂ ਪੰਜਾਬੀ ਦੇ ਵਿੱਚ ਲਿਖਣ ਦੀ ਪ੍ਰੇਰਣਾ ਤੇਜਾ ਸਿੰਘ ਤੋਂ ਮਿਲੀ ਸੋਸੀ ਆਪਸ਼ਨ ਆਪਣਾ ਕਰੈਕਟ ਹੋਵੇਗਾ ਕੁਐਸਚਨ ਨੰਬਰ 7 ਕੁਐਸਚਨ ਨੰਬਰ 6 6 ਨੰਬਰ ਹੈ ਜੀ ਸੇਖੋਂ ਦੇ ਇਤਿਹਾਸਿਕ ਨਾਟਕ ਕਿਹੜੇ ਹਨ ਆਪਸ਼ਨ A ਮੋਇਆਸਾਰਨਾ ਕਈ B ਬੇੜਾ ਬੰਦਨ ਅਨਸਰ ਕਿਉ C ਵਾਰਿਸ D ਬੰਦਾਬਾਦਰ E ਵੱਡਾ ਕੱਲੂਕਰ F ਮਿੱਤਰ ਪਿਆਰਾ ਇਨਫਰਮੇਸ਼ਨਲ ਕੁਐਸਚਨ ਹੈ ਜੀ ਇਹਦੇ ਵਿੱਚ ਕੋਈ ਪੁੱਛਣ ਵਾਲੀ ਗੱਲ ਨਹੀਂ ਹੈ ਠੀਕ ਹੈ ਜੀ ਉਪਰੋਕਤ ਸਾਰੇ ਹੀ ਇਤਿਹਾਸਕ ਨਾਟਕ ਨੇ ਹੁਣ ਕੁਐਸਚਨ ਇਹਨਾਂ ਚ ਹੀ ਬਣ ਕੇ ਆਵੇਗਾ ਠੀਕ ਹੈ ਕੋਈ ਵੀ ਇੱਕ ਪਾ ਕੇ ਤੇ ਬਾਕੀ ਇਹਦੇ ਤੋਂ ਵੱਖਰੇ ਹੋਣਗੇ ਇਤਿਹਾਸਕ ਨਾਟਕ ਪਿੱਛੇ ਜਾ ਸਕਦਾ ਹੈ ਠੀਕ ਹੈ ਜੀ ਆਪਸ਼ਨ ਜੀ ਉਪਰੋਕਤ ਸਾਰੇ ਹਾਂਜੀ ਬਲਜਿੰਦਰ ਜੀ ਵੀਡੀਓ ਤੁਹਾਡੀ ਪਿੱਛੇ ਚੱਲ ਰਹੀ ਹੈ ਜੀ ਬਲਜਿੰਦਰ ਜੀ ਦੋ ਨੇ ਕੁਐਸਚਨ ਨੰਬਰ 7 ਸੇਖੋਂ ਦਾ ਪਹਿਲਾ ਇਕਾਂਗੀ ਸੰਗ੍ਰਹਿ ਕਿਹੜਾ ਹੈ ਆਪਸ਼ਨ A ਛੇਕਰ B ਕਾਮੇ ਤੇ ਯੋਧੇ ਸੀ ਕਲਾਕਰ ਡੀ ਤਪਿਆ ਕਿਉਂ ਖਫਿਆ ਸਹੀ ਆਨਸਰ ਕੁਐਸਚਨ ਨੰਬਰ 7 ਦੇ ਲਈ ਚੁਣਿਆ ਜਾਵੇ ਇਹ ਆਪਸ਼ਨਸ ਆਪਦੇ ਵੱਲੋਂ 6 ਕਰ ਕੀਤਾ ਜਾ ਰਿਹਾ ਹੈ ਸੋ ਠੀਕ ਹੈ ਜੀ ਬਿਲਕੁਲ 6 ਕਰ ਹੈ ਜੀ ਪਹਿਲਾ ਇੱਕ ਅੰਗੀ ਸੰਗ੍ਰਹਿ ਕੁਐਸਚਨ ਨੰਬਰ 8 8 ਨੰਬਰ ਹੈ ਜੀ ਸੇਖੋਂ ਦੀ ਪਹਿਲੀ ਤਾਂਗੀ ਕਿਹੜੀ ਹੈ ਆਪਸ਼ਨ A ਨਾਰਦ ਸੁਨੇਹ B 6 ਕਰ C ਮਹਾਤਮਾ D ਇਹਨਾਂ ਵਿੱਚੋਂ ਕੋਈ ਵੀ ਨਹੀਂ ਪ੍ਰਸ਼ਨ ਨੰਬਰ 8 ਦੇ ਲਈ ਕੋਰੈਕਟ ਆਨਸਰ ਕੀਤਾ ਜਾਵੇ 8 ਨੰਬਰ ਦੇ ਲਈ ਆਨਸਰ C ਆਪਸ਼ਨ ਆ ਰਿਹਾ ਹੈ ਮਹਾਤਮਾ ਬਿਲਕੁਲ ਠੀਕ ਹੈ ਜੀ ਜਿੰਨਾ ਦਾ ਵੀ ਅਨਸਰ ਆਪਸ਼ਨ ਸੀ ਆਇਆ ਹੈ ਕੁਐਸਚਨ ਨੰਬਰ 9 ਕਰਦੇ ਹਾਂ 9 ਨੰਬਰ ਹੈ ਸੇਖੋਂ ਨੇ ਸੇਖੋਂ ਦੇ ਨਾਟਕ ਰੰਗਮંચ ਉੱਤੇ ਡੈਸ਼ ਖੇਡੇ ਗਏ ਹਨ ਆਪਸ਼ਨ A ਘੱਟ B ਬਿਲਕੁਲ ਨਹੀਂ C ਬਹੁਤ ਜ਼ਿਆਦਾ D ਇਹਨਾਂ ਵਿੱਚੋਂ ਕੋਈ ਵੀ ਨਹੀਂ ਆਪਸ਼ਨ A ਅਨਸਰ ਕੀਤਾ ਜਾ ਰਿਹਾ ਘੱਟ ਖੇਡੇ ਗਏ ਜੀ ਘੱਟ ਖੇਡੇ ਗਏ ਤੇ ਇਹਨਾਂ ਦੇ ਕਥਨ ਕਾਫੀ ਚਰਚਿਤ ਹੈ ਕੀ ਨਾਟਕਾ ਸਿਰਫ ਸਟੇਜ ਵਾਲੇ ਨਹੀਂ ਹੁੰਦੇ ਸਗੋਂ ਆਹ ਸੌਰੀ ਖੜੰਧਰ ਕਹਿਆ ਜਾਂ ਕੋਈ ਸੀ ਖੜੰਧਰ ਨਹੀਂ ਹੁੰਦੇ ਪੜੰਧਰ ਵੀ ਹੁੰਦੇ ਐ ਇਦਾਂ ਕੁਝ ਸਟੇਟਮੈਂਟ ਤਾਂ ਯਾਦ ਰੱਖਿਓ ਕੁਐਸਚਨ ਨੰਬਰ 10 ਹੜਤਾਲ ਕਿਹੋ ਜੀ ਰਚਨਾ ਹੈ ਆਪਸ਼ਨ A ਰਹਸਵਾਦੀ B ਪ੍ਰਗਤੀਵਾਦੀ C ਧਾਰਮਿਕ D ਰਾਜਨੀਤਿਕ ਕੁਐਸਚਨ ਨੰਬਰ 10 ਦੇ ਲਈ ਸਹੀ ਆਨਸਰ ਚੁਣਿਆ ਜਾਵੇਗਾ 70 ਨੰਬਰ ਦੇ ਲਈ অপশন B ਦੇ ਨਾਲ ਸਾਰੇ ਜਾ ਰਿਹਾ ਪ੍ਰਗਤੀਵਾਦੀ ਸੋ ਸਬਦਾ கரਕਟ ਜਿਨ੍ਹਾਂ ਨੇ ਵੀ অপশন ਪ੍ਰਗਤੀਵਾਦੀ ਨੂੰ ਚੁਣਿਆ ਹੈ ਕੁਐਸਚਨ ਨੰਬਰ 11 ਹੈ ਆਪਣੇ ਕੋਲ ਵਾਰਿਸ ਦਾ ਪ੍ਰਕਾਸ਼ਨ ਸਾਲ ਦੱਸੋ অপশন A 1951 B 1953 C 1955 D 1957 ਸਹੀ ਆਨਸਰ ਚੁਣਿਆ ਜਾਵੇ ਕੁਐਸਚਨ ਨੰਬਰ 11 ਦੇ ਲਈ ਅੰਜੀ 11 ਨੰਬਰ ਦੇ ਲਈ ਆਨਸਰ ਸੀ ਆਪਸ਼ਨ ਕੀਤਾ ਜਾ ਰਿਹਾ ਮੋਸਟਲੀ ਅੱਜ ਕਾਫੀ ਨਵੇਂ ਵੀਟਰ ਦਿਖਾਈ ਦੇ ਰਹੇ ਨੇ ਸੋ ਜਿਹੜੇ ਵੀ ਨਵੇਂ ਵੀਟਰ ਮੌਜੂਦ ਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਉਣਾ ਨਾ ਭੁੱਲਣ ਤਾਂ ਕਿ ਹਰ ਇੱਕ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਆਪਸ਼ਨ ਸੀ ਆਨਸਰ ਆ ਰਿਹਾ 1955 ਬਿਲਕੁਲ ਠੀਕ ਹੈ ਜੀ ਕੁਐਸਚਨ ਨੰਬਰ 12 ਸਤ ਸਇਤਾਰਥ ਜਾਂ ਸਤਿਆਰਥ ਦੋਵੇਂ ਹੀ ਲਿਖੇ ਮਿਲਦੇ ਆ ਕਿਸ ਪ੍ਰਕਾਰ ਦੀ ਪੁਸਤਕ ਹੈ ਆਪਸ਼ਨ ਕਹਾਣੀ ਸੰਗ੍ਰਹਿ ਬੀ ਨਾਟਕ ਸੰਗ੍ਰਹਿ ਸੀ ਕੰਗੀ ਸੰਗ੍ਰਹਿ ਤੇ ਡੀ ਕੋਇਤੇ ਲੋਚਨਾ ਸਹੀ ਆਨਸਰ ਕੁਐਸਚਨ ਨੰਬਰ 12 ਵਾਲੀ ਚੁਣੋਗੇ ਪ੍ਰਸ਼ਨ ਨੰਬਰ 12 ਦਾ ਆਨਸਰ ਕੀਤਾ ਜਾ ਰਿਹਾ ਹੈ ਡੀ ਆਪਸ਼ਨ ਮੋਸਟਲੀ ਲਗਭਗ ਸਭ ਦਾ ਹੀ ਆਨਸਰ ਡੀ ਕੋਇਤੇ ਲੋਚਨਾ ਸਤਿਆਰਥ ਜਾਂ ਸਾਈਤਾਰਥ ਧਿਆਨ ਰੱਖਿਓ ਜੀ ਦੋਵੇਂ ਹੀ ਲਿਖੇ ਮਿਲਦੇ ਆ ਸੋ ਆਨਸਰ ਡੀ ਕੋਇਤੇ ਲੋਚਨਾ ਬਿਲਕੁਲ ਸਹੀ ਹੈ ਕੁਐਸਚਨ ਨੰਬਰ 13 10ਵੀਂ ਜਮਾਤ ਵਿੱਚ ਸੇਖੋਂ ਦੀ ਕਿਹੜੀ ਕੰਗੀ ਸ਼ਾਮਲ ਹੈ ਆਪਸ਼ਨ A ਛੇਕਰ B ਮਹਾਤਮਾ C ਨਾਰਸ ਨੇ ਇਹ ਡੀ ਦੂਜਾ ਵਿਆਹ ਸਹੀ ਆਨਸਰ ਕੁਐਸਚਨ ਨੰਬਰ 13 ਦੇ ਲਈ ਕਰਿਆ ਜਾਵੇ। ਪ੍ਰਸ਼ਨ ਨੰਬਰ 13 ਦੇ ਲਈ ਆਨਸਰ ਆ ਰਿਹਾ ਆਪਸ਼ਨ ਡੀ। ਸੋ 10ਵੀਂ ਜਮਾਤ ਦੇ ਵਿੱਚ ਸਭ ਨੂੰ ਪਤਾ ਹੋਣਾ ਜਿਹੜੇ ਆਲਰੇਡੀ ਪੰਜਾਬੀ ਟੀਚ ਕਰ ਰਹੇ ਆ। ਠੀਕ ਹੈ ਸੋ ਡੀ ਆਪਸ਼ਨ ਦੂਜਾ ਵਿਆਹ ਇਕਾਂਗੀ ਸ਼ਾਮਲ ਹੈ ਜੀ 10ਵੀਂ ਜਮਾਤ ਦੇ ਵਿੱਚ ਕੁਐਸਚਨ ਨੰਬਰ 14 ਕੁਐਸਚਨ ਨੰਬਰ 14 ਹੈ ਮਹਾਤਮਾ ਇਕਾਂਗੀ ਕਿਸ ਜਮਾਤ ਵਿੱਚ ਸ਼ਾਮਲ ਹੈ? ਆਪਸ਼ਨ ਹੈ 9ਵੀਂ 20ਵੀਂ 11ਵੀਂ ਡੀ 12ਵੀਂ सही आंसर क्वेश्चन <laughs> so, नंबर 4 के लिए करया जावे हां जी डोंट वरी ਹੈਗੇ ਉੱਤੇ ਸਾਰੇ ਨੇ ਸੋ 14 ਨੰਬਰ ਲਈ ਆਨਸਰ ਏ ਆ ਰਿਹਾ ਹੈ ਨੌਵੀਂ ਨੌਵੀਂ ਜਮਾਤ ਦੇ ਵਿੱਚ ਹੈ ਜੀ ਮਹਾਤਮਾ ਹੀ ਇਕਾਂਗੀ ਕੁਐਸਚਨ ਨੰਬਰ 15 15 ਨੰਬਰ ਹੈ ਜੀ ਗੁਰਬਾਣੀ ਸਾਹਿਤ ਕਿਸ ਸਾਖਵਾਂ ਤੇ ਲੋਕ ਸਾਹਿਤ ਨੂੰ ਸੇਖੋਂ ਨੇ ਕੀ ਕਿਹਾ ਹੈ অপਸ਼ਨ ਏ ਪਰਾ ਸਾਹਿਤ ਬੀ ਅਨ ਸਾਹਿਤ ਸੀ ਨਿਮਨ ਸਾਹਿਤ ਡੀ ਉਪਰੋਕਤ ਸਾਰੇ ਪ੍ਰਸ਼ਨ ਨੰਬਰ 15 கரெக்ட் आंसर चुनाया जावे शब्द आंसर मोस्टली डी ऑप्शन चुनाया जा रहा है ठीक है जी उपरोक्त सारे इथे सही होवेगा ऑप्शन ते काफी कुछ डिपेंड करेगा जेकर डी ऑप्शन कुछ और ਦਿੱਤਾ ਹੋਵੇ ਤਾਂ ਪਰ ਸਾਹਿਤ काफी सही ਮੰਨਿਆ ਜਾਵੇਗਾ ਪਰ मोस्टली ਜਿਹੜਾ आंसर ਕੀਤਾ ਜਾ ਰਿਹਾ ਹੈ ਜਿਹੜਾ ਆਪਸ਼ਨ ਸ਼ਾਮਿਲ ਕੀਤਾ ਜਾ ਰਿਹਾ ਉਹ ਨਿਮਨ ਸਾਹਿਤ ਨੂੰ ਕੀਤਾ ਜਾ ਰਿਹਾ ਹੈ ਜਿਹੜੇ ਬੋਰਡ ਦੇ ਦੁਆਰਾ एग्जाम ਲਈ ਜਾ ਰਹੇ ਉਹਦੇ ਚ ਸੋ ਦੋਹੇ ਦੋਵੇਂ ਯਾਦ ਰੱਖਿਓ ਦੋਵੇਂ ਨਹੀਂ ਤਿੰਨੋ ਹੀ ਯਾਦ ਰੱਖਿਓ ਪਰ ਸਾਹਿਤ ਨਿਮਨ ਸਾਹਿਤ ਤੇ ਅਨ ਸਾਹਿਤ ਸਾਰੇ ਹੀ ਕੁਰੇਪ ਹੈ ਜੀ ਅਕੋਰਡਿੰਗ ਟੂ ਕੁਐਸਚਨ ਠੀਕ ਹੈ ਜੀ ਪਰਾ ਸਾਹਿਤ ਨਿਮਨ ਸਾਹਿਤ ਨੂੰ ਮਾਈਂਡ ਚ ਫਿੱਟ ਕਰ ਲੋ ਕੁਐਸਚਨ ਨੰਬਰ 16 ਬਾਬਾ ਬੋਰ ਦੀ ਵਿਦਾ ਕੀ ਹੈ অপਸ਼ਨ A ਨਾਵਲ B ਕੰਗੀ C ਕਹਾਣੀ D ਕਾਵਨਟ ਕੁਐਸਚਨ ਨੰਬਰ 16 ਦੇ ਲਈ ਕਰੈਕਟ ਆਨਸਰ ਕਰਿਆ ਜਾਵੇ ਲੋਕ ਸਾਹਿਤ ਨੂੰ ਨਿਮਨ ਸਾਹਿਤ ਕਿਹਾ ਠੀਕ ਹੈ ਜੀ ਹਾਂਜੀ ਸੋ ਦੇਖੋ ਜਿਹੜੇ ਵੀ ਕਮੈਂਟਸ ਕਰਦੇ ਨੇ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਤੇ ਰਿਪਲਾਈ ਦੀ ਉਮੀਦ ਕਰਦੇ ਨੇ ਕੁਝ ਦਿਨਾਂ ਤੋਂ ਮੈਂ ਰਿਪਲਾਈ ਨਹੀਂ ਕਰ پا ਰਿਹਾ ਪ੍ਰੋਪਰਲੀ ਜਦੋਂ ਤੋਂ ਬੁੱਕ ਲਾਂਚ ਕੀਤੀ ਹੈ ਸੋ ਉਧਰ ਆਰਡਰ ਵੀ ਮੈਨੇਜ ਕਰਨੇ ਹੁੰਦੇ ਸਾਰਾ ਕੁਝ ਇਸ ਕਰਕੇ ਟਾਈਮ ਨਹੀਂ ਨਿਕਲਦਾ ਠੀਕ ਹੈ ਜੀ ਸੋ ਗੁੱਸੇ ਗਿਲੇ ਵਾਲੀ ਕੋਈ ਗੱਲ ਨਾ ਹੋਵੇ ਰਿਪਲਾਈ ਜ਼ਰੂਰ ਕਰਾਂਗਾ ਜਿਵੇਂ ਹੀ ਫਰੀ ਹੁੰਨਾ ਇਹਨਾਂ ਚੀਜ਼ਾਂ ਤੋਂ ਤਾਂ 16 ਨੰਬਰ ਲਈ ਆਨਸਰ ਡੀ ਆ ਰਿਹਾ ਕਾਵਨਟ ਬਾਬਾ ਬੋਰਡ ਬਿਲਕੁਲ ਠੀਕ ਹੈ ਜੀ ਕੁਐਸਚਨ ਨੰਬਰ 17 17 ਨੰਬਰ ਹੈ ਜੀ ਅਵਿਗਮਈ ਰਚਨਾ ਹੈ অপਸ਼ਨ এ ਇੱਕ ਐਤਵਰ b ਮਹਾਤਮਾ ਸੀ ਬਰੰਦਰੀ d ਅਦੀਵਾਟ ਇਸ ਤੋਂ ਇਲਾਵਾ ਜਿਨ੍ਹਾਂ ਨੇ ਵੀ ਆਰਡਰ 29 ਤੋਂ ਲੈ ਕੇ 2 ਤਰੀਕ ਦੇ ਵਿੱਚਕਾਰ ਕੀਤੇ ਆ ਤੇ ਜਿਨ੍ਹਾਂ ਨੂੰ ਹਜੇ ਤੱਕ ਕੋਈ ਵੀ ਕਨਫਰਮੇਸ਼ਨ ਨਹੀਂ ਮਿਲੀ ਜਾਂ ਕੋਈ ਸਲਿੱਪ ਨਹੀਂ ਮਿਲੀ ਠੀਕ ਹੈ ਜੀ ਬੁਕਿੰਗ ਦੀ ਜਾਂ ਫਿਰ ਅ ਬੁੱਕ ਨਹੀਂ ਪਹੁੰਚੀ ਕਿਸੇ ਵੀ ਰੀਜ਼ਨ ਕਰਕੇ ਤਾਂ ਮੇਰੇ ਨਾਲ WhatsApp ਤੇ ਕੰਟੈਕਟ ਜਰੂਰ ਕਰਨਾ ਬੁੱਕ ਆਰਡਰ ਕੀਤੀ ਹੋਈ ਬਟ ਬੁੱਕ ਨਹੀਂ ਪਹੁੰਚੀ ਜਾਂ ਸਲਿੱਪ ਵੀ ਨਹੀਂ ਪਹੁੰਚੀ দেখো 30 ਗੱਤੀ ਵਾਲਿਆਂ ਦੀ ਤਾਂ ਬੁੱਕ ਪਹੁੰਚ ਜਾਣੀ ਚਾਹੀਦੀ ਹੈ 1 2 ਵਾਲਿਆਂ ਦੀ ਸਲਿੱਪ ਜਰੂਰ ਹੋਊਗੀ ਠੀਕ ਹੈ ਜੀ ਕੁਐਸਚਨ ਨੰਬਰ 17 ਦੇ ਲਈ ਆਨਸਰ 17 ਦੇ ਲਈ A ਆ ਰਿਹਾ ਹੈ ਬੁੱਕ ਮਿਲ ਗਈ ਬਹੁਤ ਵਧੀਆ ਇਹ ਆਪਸ਼ਨ ਠੀਕ ਹੈ ਜੀ ਜਿਹੜੇ ਵੀ 17 ਨੰਬਰ ਲਈ ਆਪਸ਼ਨ ਹੈ ਇਹ ਆਨਸਰ ਕਰ ਰਿਹਾ ਵਿਆਗਮਈ ਇੱਕ ਐਤਵਾਰ ਕੁਐਸਚਨ ਨੰਬਰ 18 ਦੇ ਵੱਲ ਵੱਧਿਆ ਭਾਵੀ ਕਿਸ ਤਰ੍ਹਾਂ ਦੀ ਰਚਨਾ ਹੈ ਆਪਸ਼ਨ A ਇਤਿਹਾਸਿਕ B ਇਤਿਹਾਸਿਕ C ਦੋਵੇਂ D ਇਹਨਾਂ ਵਿੱਚੋਂ ਕੋਈ ਵੀ ਨਹੀਂ ਆਪਸ਼ਨ A ਹਾਂਜੀ 18 ਨੰਬਰ ਲਈ ਆਪਸ਼ਨ A B C ਮਿਕਸ ਆਨਸਰ ਆ ਰਹੀ ਨਹੀਂ B ਆਪਸ਼ਨ ਕਾਫੀ ਜਨੇ ਹੁੰਦਾ ਆ ਰਿਹਾ ਹੈ ਪਾ ਵੀ অপশন ਸੀ ਜਿੰਨਾ ਦਾ ਵੀ ਆਨਸਰ ਆ ਰਿਹਾ ਹੈ ਬਿਲਕੁਲ ਠੀਕ ਹੈ ਜੀ ਬਾਕੀ ਕਰ ਜੀ ਨੋਟ ਡਾਉਨ ਪਾ ਵੀ ਇਤਿਹਾਸਿਕ ਕਮ ਇਤਿਹਾਸਕ ਈ ਬੀ ਸੀ ਠੀਕ ਹੈ ਜੀ ਆਈ ਥਿੰਕ ਮੈਂ ਥੋੜਾ ਜਿਹਾ ਕਨਫਿਊਜ਼ ਹਾਂ ਇਸ ਕੁਐਸਚਨ ਦੇ ਲਈ ਆਨਸਰ ਇੱਥੇ ਬੀ ਜਰੂਰ ਦਿੱਤਾ ਹੋਇਆ ਹੈ ਇਸ ਕੁਐਸਚਨ ਨੂੰ ਮੈਂ ਕੁਐਸਚਨ ਮਾਰਕ ਲਗਾ ਰਿਹਾ ਪਿੰਨ ਜ਼ਰੂਰ ਕਰਾਂਗਾ ਜੇਕਰ ਆਨਸਰ ਕੁਝ ਹੋਰ ਮਿਲਿਆ ਠੀਕ ਹੈ ਜੀ ਕਨਫਿਊਜ਼ਨ ਹੋ ਰਹੀ ਹੈ ਰੀਜ਼ਨ ਇਹ ਹੈ ਕਿ ਇੱਥੇ ਆਨਸਰ ਕੁਝ ਹੋਰ ਦਿੱਤਾ ਬਟ ਮੈਨੂੰ ਜਿੱਤਕ ਯਾਦ ਹੈ ਕਿ ਮਿਥਿਆਾਸਿਕ ਤੇ ਇਤਿਹਾਸਿਕ ਦੋਵੇਂ ਤਰ੍ਹਾਂ ਦੀ ਬਾਕੀ ਇਸ ਕੁਐਸਚਨ ਨੂੰ ਪਿੰਨ ਜ਼ਰੂਰ ਕੀਤਾ ਜਾਵੇਗਾ ਜੇਕਰ ਕੁਝ ਮਿਸਟੇਕ ਹੈ ਤਾਂ ਹੋ ਸਕਦਾ ਮੈਂ ਕੁਐਸਚਨ ਨੂੰ ਵਿੱਚ ਕਰੂੰ ਡਿਲੀਟ ਹੀ ਕਰ ਦਾਂ ਤਾਂ ਕਿ ਕੋਈ ਕਨਫਿਊਜ਼ਨ ਨਾ ਹੋਏ ਕਿਸੇ ਨੂੰ ਕੁਐਸਚਨ ਨੰਬਰ 19 ਬੜੀ ਹੋਈ ਹੈ ਗੁਰਸੇਵਕ ਜੀ ਦੋਵੇਂ ਹੀ ਆਨਸਰ ਸੀ ਕਰ ਰਹੇ ਨੇ ਕੁਐਸਚਨ ਨੰਬਰ 19 ਸੇਖਣ ਪਦਮਸ਼ਰੀ ਅਵਾਰਡ ਕਦੋਂ ਮਿਲਿਆ ਆਪਸ਼ਨ A 1987 B 1985 C 1987 D 1999 ਕੁਐਸਚਨ ਨੰਬਰ 19 ਦੇ ਲਈ ਕਰੈਕਟ ਆਨਸਰ ਕਰਿਆ ਜਾਵੇ 19 ਦਾ ਆਨਸਰ ਸੀ ਆਪਸ਼ਨ ਆ ਰਿਹਾ 1987 ਸੋ ਸੇਖਣ ਨੂੰ ਪਦਮਸ਼ਰੀ 1987 ਦੇ ਵਿੱਚ ਮਿਲਿਆ ਇਸ ਤੋਂ ਇਲਾਵਾ ਆਪਾਂ ਬਲਵੰਤ ਗਾਰਗੀ ਦੀ ਬਾਰੇ ਕਰ ਰਹੇ ਸੀ ਉਸ ਕਲਾਸ ਦੇ ਵਿੱਚ ਵੀ ਅ ਪਦਮਸ਼ਰੀ ਦੀ ਗੱਲ ਹੋਈ ਸੀ ਕਾਫੀ ਜਨੇ ਕਮੈਂਟ ਕਰ ਰਹੇ ਸੀ ਕਿ ਸਾਇਤ ਕ ਅਕਾਦਮੀ 1973 ਪਰ ਆਪਾ ਪਦਮਸ਼ਰੀ ਨੂੰ ਸਰਚ ਕਰਕੇ ਦਿਖਾਇਆ ਸੀ ਕੁਐਸਚਨ ਨੰਬਰ 20 ਦੇ ਵੱਲ ਵੱਧਿਆ 20 ਨੰਬਰ ਹੈ ਜੀ ਸੇਖੋਂ ਦਾ ਇਤਿਹਾਸਿਕ ਨਾਟਕ ਕਿਹੜਾ ਹੈ অপਸ਼ਨ A ਭੂਮੀਦਾਨ B ਕਲਾਕਰ C ਨਾਲ ਦਮੰਤੀ D B ਅਤੇ C ਸਹੀ ਆਨਸਰ ਕੁਐਸਚਨ ਨੰਬਰ 20 ਦੇ ਲਿਖ ਰਿਹਾ ਜਾਵੇ 20 ਨੰਬਰ ਦੇ ਲਈ ਕਰੈਕਟ ਆਨਸਰ ਕਰਿਆ ਜਾਵੇ ਤੇ ਯਾਦ ਰੱਖਿਓ ਜੀ ਕਿ ਪਿਛਲੇ ਕੁਐਸਚਨ ਨੂੰ ਆਪਾਂ ਜਾ ਜਿਹੜਾ ਕਨਫਿਊਜ਼ਨ ਵਾਲਾ ਸੀ ਉਸ ਨੂੰ ਪਿੰਨ ਕਰਾਂਗੇ ਸੋ 20 ਨੰਬਰ ਦੇ ਲਈ ਆਨਸਰ ਆ ਰਿਹਾ ਜੀ ਡੀ ਆਪਸ਼ਨ ਸੀ ਮੈਕਸ ਆਨਸਰ ਕੀਤਾ ਜਾ ਰਹੇ ਨੇ ਕਲਾਕਾਰ ਤੇ ਨਲ ਦਮंती ਦੋਵੇਂ ਹੀ ਇਹ ਇਤਿਹਾਸਿਕ ਸੌਰੀ ਮੇ ਇਤਿਹਾਸਿਕ ਨਾਟਕ ਨੇ ਇਸ ਕਰਕੇ ਆਪਸ਼ਨ ਆਪਣਾ ਡੀ ਕਰੈਕਟ ਹੋਵੇਗਾ ਜਿਦੇ ਵਿੱਚ ਬੀ ਤੇ ਸੀ ਦੋਵੇਂ ਕਵਰ ਹੈ ਜੀ ਕੁਐਸਚਨ ਨੰਬਰ 21 ਦੇ ਵੱਲ ਵੱਧਦੇ ਹਾਂ 21 ਨੰਬਰ ਹੈ ਜੀ 6 ਕਰ ਇਕਾਂਗੀ ਸੰਗ੍ਰਹਿ ਵਿੱਚ ਕਿੰਨੀਆਂ ਇਕਾਂਗੀਆਂ ਹਨ ਆਪਸ਼ਨ ਏ 4 ਬੀ 6 ਸੀ 10 ਡੀ 12 ਪ੍ਰਸ਼ਨ ਨੰਬਰ 21 ਦੇ ਲਈ ਕਰੈਕਟ ਆਨਸਰ ਚੁਣਿਆ ਜਾਵੇ 6 ਕਰ ਇਕਾਂਗੀ ਸੰਗ੍ਰਹਿ ਵਿੱਚ ਕਿੰਨੀਆਂ ਇਕਾਂਗੀਆਂ ਹਨ 21 ਨੰਬਰ ਦੇ ਲਈ ਆਪਸ਼ਨ B 6 ਆ ਰਿਹਾ ਜੀ ਆਨਸਰ ਬਿਲਕੁਲ ਠੀਕ ਹੈ ਕੁਐਸਚਨ ਨੰਬਰ 22 ਪ੍ਰਸ਼ਨ ਨੰਬਰ 22 ਹੈ ਜੀ ਕਾਮੇ ਤੇ ਯੋਧੇ ਦੀ ਵਿਦਾ ਕੀ ਹੈ ਆਪਸ਼ਨ A ਇਕਾਂਗੀ ਸੰਗ੍ਰਹਿ B ਨਾਟਕ ਸੰਗ੍ਰਹਿ C ਕਹਾਣੀ ਸੰਗ੍ਰਹਿ D ਨਾਵਲ ਪ੍ਰਸ਼ਨ ਨੰਬਰ 22 22 ਦੇ ਲਈ ਆਨਸਰ ਚੁਣਿਆ ਜਾਵੇ 21 ਦਾ 20 ਸਬਦਾ ਕੋਰੈਕਟ ਹੈ ਕੁਐਸਚਨ ਨੰਬਰ 22 ਦੇ ਲਈ ਬੀ ਸੀ ਮੋਸਟਲੀ ਸੀ ਆਪਸ਼ਨ ਕਹਾਣੀ ਸੰਗ੍ਰਹਿ ਆਨਸਰ ਆ ਰਿਹਾ ਬੀ ਵੀ ਕਾਫੀ ਜਣਿਆਂ ਦਾ ਆਨਸਰ ਆ ਚੁੱਕਾ ਸੋ ਠੀਕ ਹੈ ਜਿਹੜੇ ਵੀ ਆਨਸਰ ਕਰ ਰਹੇ ਨੇ ਕਹਾਣੀ ਸੰਗ੍ਰਹਿ ਕੁਐਸਚਨ ਨੰਬਰ 23 23 ਨੰਬਰ ਮਿੱਤਰ ਪਿਆਰਾ ਹੈ ਆਪਸ਼ਨ ਹੈ ਇਤਿਹਾਸਕ ਨਾਟਕ ਬੀ ਇਤਿਹਾਸਕ ਨਾਟਕ ਸਹੀ ਆਨਸਰ ਕਰਿਆ ਜਾਵੇ ਕੁਐਸਚਨ ਨੰਬਰ 23 ਦੇ ਲਈ ਬਾਈ ਨੰਬਰ ਲਈ ਸੀ ਆਪਸ਼ਨਸ ਆਫ ਦਾ ਕਰੈਕਟ ਹੈ ਬਾਕੀ ਕਰਨ ਜੀ ਨੋਟ ਡਾਉਨ ਜਿੰਨਾਂ ਦਾ ਸੀ ਤਸਵੀ ਕੋਈ ਹੋਰ ਆਨਸਰ ਹੈ ਕੁਐਸਚਨ ਨੰਬਰ 23 23 ਨੰਬਰ ਲਈ ਆਨਸਰ ਹੈ ਡਾ ਬੀ ਮੋਸਟਲੀ ਬੀ ਆਪਸ਼ਨ ਇਤਿਹਾਸਿਕ ਠੀਕ ਹੈ ਜੀ ਆਪਾਂ ਪਿੱਛੇ ਵੀ ਕਰਕੇ ਆਏ ਆ ਸੋ ਉਹ ਦੇ ਅਕੋਰਡਿੰਗ ਤੁਹਾਨੂੰ ਯਾਦ ਰਹਿਣਾ ਚਾਹੀਦਾ ਕੁਐਸਚਨ ਨੰਬਰ 24 ਸੇਖੋਂ ਤੇ ਕਿਸ ਦਾ ਪ੍ਰਭਾਵ ਪਿਆ ਆਪਸ਼ਨ ਹੈ ਮਾਰਕਸਵਾਦ ਬੀ ਫਰਾਈਡ ਸੀ ਬਰਨਾਰਡ ਸ਼ਾ ਡੀ ਉਪਰੋਕਤ ਸਾਰੇ ਪ੍ਰਸ਼ਨ ਨੰਬਰ 24 ਸਹੀ ਆਨਸਰ ਕਰਿਆ ਜਾਵੇ ਹਾਂਜੀ ਜੋ ਵੀ ਨੰਬਰ ਦੇ ਲਈ ਆਨਸਰ ਆ ਰਿਹਾ ਆਪਸ਼ਨ ਡੀ ਉਪਰੋਕਤ ਸਾਰੇ ਸੇਖੋ ਤੇ ਮਾਤਵਾਦ ਫਰਾਈਡ ਫਰਾਈਡਵਾ ਤੇ ਬਰਨਾਰਡ ਸ਼ਾਸ ਸਾਰਿਆਂ ਦਾ ਪ੍ਰਭਾਵ ਹੈ ਆਪਸ਼ਨ ਡੀ ਆਪਣਾ ਕਰੈਕਟ ਹੋਵੇਗਾ ਕੁਐਸਚਨ ਨੰਬਰ 25 ਦੇ ਵੱਲ ਵੱਧਦੇ ਹਾਂ ਸੇਖੋ ਨੇ ਕਿੰਨੇ ਕ ਨਟ ਰਚੇ ਆਪਸ਼ਨ ਏ 1 ਬੀ 2 ਸੀ 3 ਡੀ 4 ਪ੍ਰਸ਼ਨ ਨੰਬਰ 25 ਸਹੀ ਆਨਸਰ ਚੁਣਿਆ ਜਾਵੇ 25 ਨੰਬਰ ਦੇ ਲਈ ਭਾਵੀ ਇਤਿਹਾਸਿਕ ਕਹਾਣੀ ਹੈ ਚਲੋ ਜੀ ਜਿਨ੍ਹਾਂ ਨੇ पढ़ी हुई है वो भी कह रही है कि दोनों ही है ऐतिहासिक भी मिथ्यासिक भी बट मैं नहीं पढ़ी सो so, इसमें मैं दोबारा कंफर्म करके ਤੁਹਾਨੂੰ ਇਸੇ ਵੀਡੀਓ ਦੇ ਹੇਠਾਂ ਪਿੰਨ ਕਰ ਦਿਆਂਗਾ ਤਾਂ ਕਿ ਕਿਸੇ ਨੂੰ ਕੋਈ ਕਨਫਿਊਜ਼ਨ ਨਾ ਰਹੇ ਉਸ ਕੁਐਸਚਨ ਲਈ ਕੁਐਸਚਨ ਨੰਬਰ 25 ਬੀ ਆਪਸ਼ਨ ਆਨਸਰ ਕੀਤਾ ਜਾ ਰਿਹਾ ਹੈ। शब्द है, कौस्ट कौस्ट है। दो ठीक है जी। ਵਿਯੋਲੀ ਤੇ ਬਾਬਾ ਬੋਰ ਬਿਲਕੁਲ ਠੀਕ ਹੈ ਜੀ ਆਪਸ਼ਨ ਬੀ ਕੁਐਸਚਨ ਨੰਬਰ 26 26 ਨੰਬਰ ਹੈ ਜੀ ਸੇਖੋਂ ਨੇ ਰਾਜ ਤਲੀਪ ਸਿੰਘ ਦਿਲੀਪ ਹੌਣਾ ਸੀ ਜੀ ਠੀਕ ਹੈ ਜੀ ਦਿਲੀਪ ਸਿੰਘ ਦੀ ਗਾਥਕ ਇਸ ਨਾਟਕ ਵਿੱਚ ਪੇਸ਼ ਕੀਤੀ ਹੈ ਆਪਸ਼ਨ ਹੈ ਵਿਯੋਲੀ ਬੀ ਬਾਬਾ ਗੋੜ ਸੀ ਸੀ ਮੋਇਸੌਰਨਾ ਕਈ ਡੀ ਇਹਨਾਂ ਵਿੱਚ ਕੋਈ ਵੀ ਨਹੀਂ ਕੁਐਸਚਨ ਨੰਬਰ 26 ਲਈ ਕੋਰੈਕਟ ਆਨਸਰ ਚੁਣਿਆ ਜਾਵੇ 26 ਲਈ ਆਪਸ਼ਨ ਸੀ ਸਬਦਾ ਆਨਸਰ ਆ ਰਿਹਾ ਮੋਇਸੌਰਨਾ ਕਈ ਬਿਲਕੁਲ ਠੀਕ ਹੈ ਜੀ ਕੁਐਸਚਨ ਨੰਬਰ 27 ਸੇਖੋਂ ਦੀ ਕਿਸਾਨੀ ਜੀਵਨ ਨਾਲ ਸੰਬੰਧਿਤ ਗੰਗੀ ਕਿਹੜੀ ਹੈ ਆਪਸ਼ਨ ਹੈ ਛੇਕਰ ਬੀ ਪੁੱਤਰ ਸੀ ਨਾਟਸ ਨੇ ਇਹ ਅੱਡੀ ਮਹਾਤਮਾ ਸਹੀ ਆਨਸਰ ਕੁਐਸਚਨ ਨੰਬਰ 27 ਦੇ ਲਈ ਚੁਣਿਆ ਜਾਵੇ ਪ੍ਰਸ਼ਨ ਨੰਬਰ 27 ਦਾ ਆਪਸ਼ਨ ਬੀ ਆ ਰਿਹਾ ਸ਼ਬਦ ਪੁੱਤਰ ਠੀਕ ਹੈ ਜੀ ਜਿੰਨਾ ਦਾ ਵੀ ਆਨਸਰ ਆਪਸ਼ਨ ਬੀ ਹੈ ਬਾਕੀ ਕਰਨ ਜੀ ਨੋਟ ਡਾਉਨ ਕੁਐਸਚਨ ਨੰਬਰ 28 ਇੱਕ ਕਤਵਰ ਇਕੰਗੀ ਵਿੱਚ ਕਿਸ ਦੇ ਜੀਵਨ ਦੀ ਚਲਕ ਪੇਸ਼ ਕੀਤੀ ਹੈ ਆਪਸ਼ਨ ਏ ਇੱਕ ਡਾਕਟਰ ਦੀ ਬੀ ਇੱਕ ਕਿਸਾਨ ਦੀ ਸੀ ਇੱਕ ਵਕੀਲ ਦੀ ਡੀ ਇੱਕ ਔਰਤ ਦੀ ਸੋ ਆਪ ਪਿੱਛੇ ਵੀ ਕਰਕੇ ਆਏ ਆ ਇਸ ਕੁਐਸਚਨ ਨੂੰ ਠੀਕ ਹੈ ਜੀ ਵਿੰਗਾਤਮਕ ਕਹਾਣੀ ਵਿਅੰਗਾਤਮਕ ਇਕਾਂਗੀ ਪੇਪਰ ਕਦ ਤੱਕ ਹੋਣਾ ਜੀ ਜੂਨ ਜੁਲਾਈ ਤੋਂ ਪਹਿਲਾਂ ਮੁਸ਼ਕਲ ਹੈ ਜੀ ਜੂਨ ਤੋਂ ਪਹਿਲਾਂ ਤਾਂ ਮੰਨ ਕੇ ਚੱਲੋ ਮੁਸ਼ਕਲ ਹੀ ਹੈ ਹੋ ਹੀ ਨਹੀਂ ਸਕਦਾ ਸੀ ਆਪਸ਼ਨ ਆਨਸਰ ਆ ਰਿਹਾ ਇੱਕ ਵਕੀਲ ਦੀ ਠੀਕ ਹੈ ਜੀ ਇੱਕ ਵਕੀਲ ਦੀ ਕਹਾਣੀ ਨੂੰ ਪੇਸ਼ ਕੀਤਾ ਹੈ ਵਿਅੰਗਾਤਮਕ ਰੂਪ ਦੇ ਵਿੱਚ ਕੁਐਸਚਨ ਨੰਬਰ 29 ਸੇਖੋ ਨੇ ਕਿਹੜਾ ਰਸਾਲਾ ਕੱਢਿਆ ਆਪਸ਼ਨ ਏ ਕਾਮਰਸ ਆਨਸਰ ਬੀ ਜੀਵਨ ਪ੍ਰੀਤੀ ਸੀ ਹਿਤਕਾਰੀ ਡੀ ਨਾਰਦਨ ਰਿਵਿਊ ਕੁਐਸਚਨ ਨੰਬਰ 29 ਸਹੀ ਆਨਸਰ ਚੁਣਿਆ ਜਾਵੇ 28 ਦੇ ਲਈ ਆਪਸ਼ਨ ਸੀ ਸਬਦ ਕੋਰੈਕਟ ਹੈ ਜੀ 29 ਨੰਬਰ ਲਈ অপਸ਼ਨ D ਸਸਾ ਸਬਦਾ ਅਨਸਰ D অপਸ਼ਨ ਚੁਣਿਆ ਜਾ ਰਿਹਾ ਹੈ ਨਾਰthern ਰਿਵਿਊ ਈਜ਼ੀ ਕੁਐਸਚਨ ਆ ਜੀ ਬਿਲਕੁਲ ਸਬਦੇ ਰਟਿਆ ਹੋਇਆ ਠੀਕ ਹੈ ਜੀ ਅੰਗਰੇਜ਼ੀ ਦੇ ਵਿੱਚ ਨਾਰthern ਰਿਵਿਊ ਰਸਾਲਾ ਕੱਢਿਆ ਕੁਐਸਚਨ ਨੰਬਰ 30 ਨਾਰthern ਰਿਵਿਊ ਦਾ ਸਾਲ ਦੱਸੋ অপਸ਼ਨ A 1933 B 1935 C 1937 D 1949 ਪ੍ਰਸ਼ਨ ਨੰਬਰ 30 ਦੇ ਲਈ ਕਰੈਕਟ ਅਨਸਰ ਚੁਣਿਆ ਜਾਵੇ 30 ਦਾ ਅਨਸਰ C D ਮੈਕਸ ਅਨਸਰ ਆ ਰਹੇ ਨੇ ਮੋਸਟਲੀ ਜਿਹੜੇ ਵੀ ਅਨਸਰ C ਦੇ ਨਾਲ ਜੜੇ ਆ 1937 ਬਿਲਕੁਲ ਠੀਕ ਹੈ ਜੀ ਬਾਕੀ ਕਰਨ ਜੀ ਨੋਟ ਡਾਉਨ ਕੁਐਸਚਨ ਨੰਬਰ 31 ਦੇ ਵੱਲ ਵੱਧਦੇ ਹਾਂ ਜੀ 31 ਨੰਬਰ ਜੀ ਨਾਰਥਨ ਰਿਵਿਊ ਦੀ ਨਾਰਥਨ ਰਿਵਿਊ ਵਿੱਚ ਕਿਹੜੀ ਪਾਸ਼ਾ ਵਿੱਚ ਰਚਨਾਵਾਂ ਛਪੀਆਂ ਯੂਜੀਸੀ ਨਟ ਦਾ ਐਗਜ਼ਾਮ ਕਦੋਂ ਅਜੇ ਤਾਂ ਫਾਰਮ ਨਹੀਂ ਭਰੇ ਗਏ ਜੀ 31 ਨੰਬਰ ਲਈ ਆਨਸਰ ਚੁਣਿਆ ਜਾ ਰਿਹਾ ਹੈ ਡੀ ਆਪਸ਼ਨ ਪਿਛਲੇ ਕੁਐਸਚਨ ਤੇ ਹੀ ਆਪਾਂ ਕਾਫੀ ਖੁਸ਼ ਕਲੀਅਰ ਕਰ ਹੀ ਲਿਆ ਤੁਸੀਂ ਸੋ ਇਹਦਾ ਗਲਤ ਤਾਂ ਕਿਸੇ ਦਾ ਹੋਵੇਗਾ ਹੀ ਨਹੀਂ ਫਿਰ ਵੀ ਆਪਸ਼ਨ ਸੀ ਆ ਚੁੱਕਾ ਹੈ ਗਲਤ ਹੈ ਜੀ ਜਿਹੜੇ ਵੀ ਆਪਸ਼ਨ ਡੀ ਦੇ ਨਾਲ ਜਾ ਰਿਹਾ ਬਿਲਕੁਲ ਠੀਕ ਹੈ ਜੀ ਬਾਕੀ ਕਰਨ ਜੀ ਨੋਟ ਡਾਉਨ ਕੁਐਸਚਨ ਨੰਬਰ 32 32 ਨੰਬਰ ਹੈ ਜੀ ਸੇਖੋਂ ਕਿਨਵਾ ਮਾਰਕਸਵਾਦੀ ਪ੍ਰਗਤੀਵਾਦੀ ਆਲੋਚਕ ਹੈ ਪੰਜਾਬੀ ਦਾ ਠੀਕ ਹੈ ਜੀ ਪੰਜਾਬੀ ਦਾ ਆਪਸ਼ਨ A ਪਹਿਲਾ B ਦੂਜਾ C ਤੀਜਾ D ਚੌਥਾ ਪ੍ਰਸ਼ਨ ਨੰਬਰ 32 ਦੇ ਲਈ ਸਹੀ ਆਪਸ਼ਨ ਚੁਣਿਆ ਜਾਵੇ ਹਾਂਜੀ 32 ਨੰਬਰ ਦੇ ਲਈ ਆਪਸ਼ਨ A ਸਬਦਾ ਅਨਸਰ ਆ ਰਿਹਾ ਹੈ ਠੀਕ ਹੈ ਜੀ ਇਹ ਤੇ ਵੀ ਦੋਵੇਂ ਆਨਸਰ ਆ ਰਹੇ ਪਰ ਜਿਹੜੇ ਵੀ ਆਪਸ਼ਨ A ਦੇ ਨਾਲ ਜਾ ਰਹੇ ਆ ਬਿਲਕੁਲ ਠੀਕ ਹੈ ਜੀ ਪਹਿਲਾ ਮਾਰਕਸਵਾਦੀ ਹੈ ਜੀ ਪੰਜਾਬੀ ਦਾ ਆਪਸ਼ਨ ਕੁਐਸਚਨ 33 33 ਨੰਬਰ ਆ ਜੀ ਕਿਹੜੀ ਕਹਾਣੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਤੇ ਭਾਈ ਲਾਲੋ ਵਾਲੀ ਸਾਖੀ ਨੂੰ ਆਧਾਰ ਬਣਾਇਆ ਗਿਆ ਹੈ ਆਪਸ਼ਨ A ਨਾਰਸਨਹਿ ਬੀ ਸ਼ੇਖਰ ਸੀ ਮਹਾਤਮਾ ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ ਪ੍ਰਸ਼ਨ ਨੰਬਰ 33 ਲਈ ਸਹੀ ਆਨਸਰ ਕਰਿਆ ਜਾਵੇ ਇਜ਼ੀ ਕੁਐਸਚਨ ਹੈ ਜੀ ਸਭ ਦੇ ਰਟਿਆ ਹੋਇਆ ਹੈ 33 ਨੰਬਰ ਦੇ ਆਨਸਰ ਸੀ ਆ ਰਿਹਾ ਹੈ ਸਭ ਦਾ ਹੀ ਬਿਲਕੁਲ ਕਰੈਕਟ ਹੈ ਜੀ ਕੁਐਸਚਨ ਨੰਬਰ 34 34 ਨੰਬਰ ਇਹ ਸੇਖੋਂ ਦੀ ਮੌਤ ਕਦੋਂ ਹੋਈ ਹੈ অপਸ਼ਨ ਹੈ 1993 b 1995 c 1997 d 1999 ਕਰੋ ਜੀ ਸਹੀ ਆਨਸਰ ਕੁਐਸਚਨ ਨੰਬਰ 34 ਦੇ ਲਈ 34 ਦਾ ਆਨਸਰ ਆ ਰਿਹਾ ਹੈ অপਸ਼ਨ ਸੀ 1997 ਜਿਹੜੇ ਵੀ অপਸ਼ਨ ਸੀ ਦੇ ਨਾਲ ਜਾ ਰਿਹਾ 1997 ਬਿਲਕੁਲ ठीक है जी बाकी करें नोट डाउन क्वेश्चन नंबर इस बाद आएगा क्वेश्चन नंबर छत्ती सीखों का समस्या प्रधान नाटक है ऑप्शन ए भूमिदान बी कलाकार नल दमेन्ती डी नारकी छत्ती नंबर लिए करेक्ट आंसर करो स्यालों की दी नड्डी नाटक है किसते आधारित है जी सालों की नड्डी एक ऑप्शन अगला है अपना फिर जेकर किसी ने पढ़िया तो जरूर कन्फर्म करो ਸੇਮੇ ਫਿਰ ਤਾਂ ਕਲੀਅਰ ਹੋ ਜਾਊਗਾ 36 ਨੰਬਰ 36 ਦਾ ਆਨਸਰ ਬੀ ਆਪਸ਼ਨ ਆ ਰਿਹਾ ਜੀ ਬੁੱਕ ਕਿਨੇ ਦਿਨਾਂ ਦੇ ਵਿੱਚ ਮਿਲ ਜਾਂਦੀ ਹੈ ਬੁੱਕ ਜੀ ਘੱਟੋ ਘੱਟ ਮੰਨ ਕੇ ਚਲੋ 4 ਦਿਨ ਠੀਕ ਹੈ ਜੀ ਬਾਕੀ ਡਿਪੈਂਡ ਕਰਦਾ ਡਿਸਟੈਂਸ ਤੇ ਪੋਸਟਲ ਸਰਵਿਸ ਤੇ ਤੁਹਾਡੇ ਕਿਸ ਤਰ੍ਹਾਂ ਦੀਆਂ ਨੇ ਹੀ ਤੇ ਅਧਾਰਿਤ ਠੀਕ ਹੈ ਜੀ ਫਿਰ ਉਹ ਸਿਆਲਾਂ ਦੀ ਨੱਡੀ ਸੇਮ ਹੀ ਆ ਉਹ ਮੇਰ ਤਾਂ ਹੀ ਗਲਤ ਨੋਟ ਡਾਊਨ ਕੀਤਾ ਗਿਆ ਜਿਹੜੇ ਵੀ ਆਨਸਰ ਕਰ ਰਹੇ ਨੇ ਸੇਖੋਂ ਦਾ ਸਮੱਸਿਆ ਪ੍ਰਦਾਨ ਨਾਟਕ ਬੀ ਆਨਸਰ ਏ ਆਪਸ਼ਨ ਮਿਕਸ ਜੈਂਸਰ ਕੀਤੇ ਜਾ ਰਹੇ ਨੇ ਪਰ ਸਮੱਸਿਆ ਪ੍ਰਦਾਨ ਜਿਹੜਾ ਨਾਟਕ ਹੈ ਜੀ ਉਹ ਹੈ ਨਾਰਕੀ ਆਪਸ਼ਨ ਡੀ கரெક્ટ ਹੋਵੇਗਾ ਕੁਐਸਚਨ ਨੰਬਰ 36 37 ਲੀ ਕੋਰੈਕਟ ਆਨਸਰ ਕਰਿਆ ਜਾਵੇ ਆਲਰੇਡੀ ਆਨਸਰ ਇਹਦੇ ਲਈ ਆ ਚੁੱਕਾ ਹੈ ਏ ਆਪਸ਼ਨ ਭੂਮੀਦਾਨ ਬੀ ਕਲਾਕਾਰ ਸੀ ਅੰਦਲ ਦਾ ਮਹੰਤੀ ਡੀ ਸਿਆਲਾਂ ਦੀ ਨੱਡੀ ਫਿਰ ਇਸ ਨੂੰ ਕਰੋ ਠੀਕ ਹੈ ਜੀ ਮੈਨੂੰ ਇੰਜ ਲੱਗਿਆ ਕਿ ਸ਼ਾਇਦ ਇਹ ਵਾਲਾ ਨਾਟਕ ਇੱਕ ਹੋਰ ਕੋਈ ਹੈ ਜੋ ਮੈਂ ਕਿਤੇ ਪੜਿਆ ਹੀ ਨਹੀਂ ਸੋ ਆਪਸ਼ਨ a d ਸਬਦਾ ਕਰੈਕਟ ਹੈ ਠੀਕ ਹੈ ਜੀ ਆਲਰੇਡੀ ਆਪਾਂ ਕਰ ਹੀ ਚੁੱਕੇ ਆਂ ਪਿਛਲੇ ਕੁਐਸਚਨ ਦੇ ਵਿੱਚ ਹੀ ਕੁਐਸਚਨ ਨੰਬਰ 38 ਸੇਖੋਂ ਦਾ ਪਹਿਲਾ ਨਾਟਕ ਕਿਹੜਾ ਹੈ ਆਪਸ਼ਨ a ਭੂਮੀਦਾਨ b ਕਲਾਕਰ ਸਦਮਿੰਤੀ d ਨਾਰਕੀ 38 ਨੰਬਰ ਲਈ ਕਰੈਕਟ ਆਨਸਰ ਕਰਿਆ ਜਾਵੇ 38 ਨੰਬਰ ਦਾ ਅੰਤਰ a ਆ ਰਿਹਾ ਹੈ ਪਹਿਲਾ ਨਾਟਕ ਪੁੱਛਿਆ ਗਿਆ ਜੀ ਜੀ 38 ਨੰਬਰ ਲਈ অপਸ਼ਨ B ਆ ਰਿਹਾ ਹੈ ਸਬਦ ਕਲਾਕਾਰ ਸੋ ਜਿਹੜੇ ਵੀ অপਸ਼ਨ B ਦੇ ਨਾਲ ਜਾ ਰਿਹਾ ਬਿਲਕੁਲ ਠੀਕ ਹੈ ਜੀ ਸੇਖੋਂ ਦਾ ਪਹਿਲਾ ਨਾਟਕ ਹੈ ਜੀ ਕਲਾਕਾਰ ਅੱਗੇ ਹੈ ਜੀ ਮਹੱਤਵਪੂਰਨ ਤੱਥ ਸੋ ਮਹੱਤਵਪੂਰਨ ਤੱਥਾਂ ਦੇ ਵਿੱਚ ਸਾਰੇ ਹੀ ਯਾਦ ਰੱਖਣੇ ਹੋਗਾ ਫਸਟ ਹੈ ਜੀ ਸੇਖੋਂ ਦੇ ਨਾਟਕ ਬੁੱਧੀ ਪ੍ਰਦਾਨ ਹਨ ਤੇ ਮੌਲਿਕ ਵਿਸ਼ੇ ਉੱਤੇ ਮੌਲਿਕ ਵਿਸ਼ੇ ਵਸਤੂ ਤੋਂ ਨਿਵੇਕ ਦੂਜਾ ਜੀ ਜਿਹੜੇ ਨਾਟਕ ਦੀ ਆਪਾਂ ਅੰਗਰੇਜ਼ੀ ਦੀ ਗੱਲ ਕਰ ਰਹੇ ਸੋ ਉਹ ਹੈ ਜੀ ਈਵਟ ਬੇ ਅੰਗਰੇਜ਼ੀ ਦੇ ਵਿੱਚ ਲਿਖਿਆ ਗਿਆ ਨਾਟਕ ਹੈ ਤੇ ਸੇਖੋ ਨੀ ਲਾਈਫ ਟਾਈਮ ਫੈਲੋਸ਼ਿਪ ਪੰਜਾਬੀ ਯੂਨੀਵਰਸਿਟੀ ਵੱਲੋਂ ਦਿੱਤੀ ਗਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਡੀਲਿਟ ਦੀ ਡਿਗਰੀ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਦਿੱਤੀ ਗਈ ਅਗਲਾ ਪੁਆਇੰਟ ਹੈ ਜੀ ਕਿ ਪਦਮਸ਼ਰੀ ਇਹ ਜਿਹੜਾ 1987 ਦੇ ਵਿੱਚ ਮਿਲਿਆ ਠੀਕ ਹੈ ਜੀ ਇਹ ਆਪਾਂ ਆਲਰੇਡੀ ਕੁਐਸਚਨ ਦੇ ਵਿੱਚ ਵੀ ਕਰ ਲਿਆ ਸੀ ਸੰਗ੍ਰਹਿ ਦੀ ਗੱਲ ਕਰੀਏ ਤਾਂ ਇੱਕ ਅੰਗੀ ਸੰਗ੍ਰਹਿ ਦੇ ਵਿੱਚ 6 ਕਰ 1941 ਠੀਕ ਹੈ ਮੇਰੇ 94 ਕਾਂਗੀ ਮੇਰੇ 10 ਕਾਂਗੀ ਇਹ ਵੀ ਇਹਨਾਂ ਦੀਆਂ ਇਕਾਂਗੀ ਸੰਗ੍ਰਹਿ ਦੀਆਂ ਕਿਤਾਬਾਂ ਨੇ ਨਾਟਕ ਸੁਨੇਹੇ ਨਾਟਕ ਸੁਨੇਹੇ ਆਉਣਾ ਸੀ ਕੱਕਾ ਐਕਟ ਪੈ ਗਿਆ ਜੀ 1954 ਦੇ ਵਿੱਚ ਤਾਂ ਪਿਆ ਕਿਉਂਕਾ ਪਿਆ 1950 ਦੇ ਵਿੱਚ ਸੁੰਦਰਪਦ 1956 ਦੇ ਵਿੱਚ ਸੋ ਸਾਰੇ ਹੀ ਯਾਦ ਰੱਖਣੀ ਹੋਊਗਾ ਜੀ ਇਹਦੇ ਬਾਰੇ ਆਪਾਂ অলਰੈਡੀ ਕਰ ਚੁੱਕੇ ਹਾਂ ਕਾਵਨਾਟਕ ਬਾਬਾ ਬੋਰਡ ਤੇ ਅੰਬਿਓਲੀ ਇਹ ਦੋਵੇਂ ਜੀ ਅੱਜ ਦੀ ਕਲਾਸ ਦੇ ਵਿੱਚ ਇੰਨਾ ਹੀ ਇੱਥੇ ਕਲਾਸ ਸਮਾਪਤ ਕਰਦੇ ਹਾਂ ਥੈਂਕ ਯੂ so much of the ਬਹੁਤ ਬਹੁਤ ਧੰਨਵਾਦ ਜੀ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਜਾਣਾ ਜੀ ਠੀਕ ਨਰ ਵੀਰੇ 40 ਚਾਰ ਹਜ਼ਾਰ ਦਾ ਕੱਟ ਗਿਆ ਅੱਛਾ ਜੀ ਥੈਂਕ ਯੂ ਜੀ ਥੈਂਕ ਯੂ so much ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਜਾਣਾ ਤਾਂ ਕਿ ਮੋਟੀਵੇਸ਼ਨ ਮਿਲਦਾ ਰਹੇ ਤੇ ਤੁਹਾਨੂੰ ਮਿਲਦੇ ਰਹਿਣ ਨੋਟੀਫਿਕੇਸ਼ਨ ਟਾਪਿਕ ਇੱਕੋ ਇੱਕ ਰਹੇਗਾ ਜੀ ਕੱਲ ਦਾ ਹਰਚਰਨ ਸਿੰਘ ਠੀਕ ਹੈ ਜੀ ਕੱਲ ਨੂੰ ਹਰਚਰਨ ਸਿੰਘ ਤੇ ਪਰਸੋਂ ਮਿਕਸ ਨਾਟਕ ਤੇ ਕੰਗੀਕਾਰ ਸਾਰੇ ਦੇ ਸਾਰੇ ਕੱਲ ਦਾ ਟਾਪਿਕ ਹਰਚਰਨ ਸਿੰਘ ਬੁੱਕ ਮਿਲ ਗਈ ਵੈਰੀ ਗੁੱਡ ਜੀ ਜਿਨੂੰ ਵੀ 2 ਤਰੀਕ ਤੱਕ ਨਾ ਤਾਂ ਬੁੱਕ ਮਿਲੀ ਤੇ ਨਾ ਹੀ ਕੋਈ ਉਹਨਾਂ ਕੋਲ ਸਲਿੱਪ ਆਈ ਹੈ ਬੁਕਿੰਗ ਦੀ ਤਾਂ ਉਹ ਕੰਟੈਕਟ ਜ਼ਰੂਰ ਕਰਨ। ਉਹਦਾ ਰੀਜ਼ਨ ਇਹ ਹੈ ਜੇਕਰ ਕੋਈ ਸਮੱਸਿਆ ਹੈ ਕਿਸੇ ਵੀ ਤਰ੍ਹਾਂ ਦੀ ਤਾਂ ਉਸ ਨੂੰ ਆਪਾਂ ਸੁਲਝਾ ਲਈਏ। ਬਹੁਤੇ ਜਣੇ ਇਦਾਂ ਦੇ ਨੇ ਜਿਹੜੇ ਫੋਨ ਅਟੈਂਡ ਨਹੀਂ ਕਰ ਰਹੇ। ਪੋਸਟਮੈਨ ਫੋਨ ਕਰਦਾ ਤਾਂ ਫੋਨ ਅਟੈਂਡ ਨਹੀਂ ਹੋ ਰਿਹਾ ਜਿਸ ਕਰਕੇ ਕੁਝ ਤਾਂ ਮੈਨੂੰ ਕਾਲ ਕਰ ਲੈਂਦੇ ਬਟ ਕੁਝ ਲੋਪੀਸ ਪੋਸਟ ਕਰ ਦਿੰਦੇ ਆ ਜੀ ਸੋ ਇਸ ਗੱਲ ਦਾ ਧਿਆਨ ਰੱਖਿਓ ਠੀਕ ਹੈ ਜੀ ਸੋ ਇਸ ਗੱਲ ਦਾ ਖਿਆਲ ਰੱਖਣਾ ਜੀ ਨਾਟਕ ਦਾ ਬੋਰਡ ਹਾਂਜੀ ਕੱਲ ਨੂੰ ਆਪਾਂ ਹਰਚਰਨ ਸਿੰਘ ਕਰਦੇ ਹਾਂ ਕਿਸ ਟਾਈਮ ਆਰਡਰ ਕਰਦੇ ਜਦੋਂ ਮਰਜ਼ੀ ਕਰੋ ਜੀ ਸ਼ਾਮ ਨੂੰ 9 ਤੋਂ 10 ਦੇ ਵਿਚਕਾਰ ਮੰਨਾ ਕੀਤਾ ਹੋਇਆ ਬੁੱਕ ਮੰਗਵਾਉਣ ਲਈ ਕਿਵੇਂ ਕੰਟੈਕਟ ਕਰੀਏ WhatsApp ਕਰੋ ਜੀ 7837896518 ਕਰੋ ਜੀ ਆਨਸਰ ਆਨਸਰ ਕੀ ਹੈ ਮੈਸੇਜ WhatsApp ਮੈਸੇਜ ਕਰੋ ਠੀਕ ਹੈ ਜੀ ਤੇ ਉਹਦੇ ਤੇ ਤੁਹਾਨੂੰ ਰਿਪਲਾਈ ਮਿਲ ਜਾਵੇਗਾ ਬਾਏ ਬਾਏ ਟੇਕ ਕੇਅਰ ਗੁੱਡ ਨਾਈਟ ਜੀ